ਮੌਸਮ ਦੀ ਤਾਜ਼ਾ ਜਾਣਕਾਰੀ ਤੇ ਨਾਲ ਹੀ ਪੰਜਾਬ ਦੇ ਵਿੱਚ ਹੜ੍ਹਾਂ ਦਾ ਮੁਰਤੋਂ ਖਤਰਾ ਕੀ ਸੱਚਮੁੱਚ ਬਣ ਗਿਆ ਹੈ ਇਹ ਸਾਰੀ ਸਹੀ ਖਬਰ ਤੁਹਾਨੂੰ ਦੱਸ ਦਿੰਦੇ ਹਾਂ ਬਿਲਕੁਲ ਸੱਚ ਹੈ ਕਿ ਪੰਜਾਬ ਦੇ ਵਿੱਚ ਇੱਕ ਮਹੀਨੇ ਅੰਦਰ ਦੂਜੀ ਵਾਰੀ ਹੜ੍ਹਾਂ ਦਾ ਖਤਰਾ ਮੰਡਰਾਉਣ ਲੱਗਿਆ ਹੈ। ਹਿਮਾਚਲ ਪ੍ਰਦੇਸ਼ 'ਚ 2 ਦਿਨ ਪਏ ਲਗਾਤਾਰ ਮੀਂਹ ਕਾਰਨ ਡੈਮਾਂ ਦੇ ਵਿੱਚ ਪਾਣੀ ਵਧਣ ਲੱਗਿਆ ਹੈ। ਪਾਖੜਾ ਤੇ ਪੌਂਗ ਡੈਮ ਦੇ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਗਿਆ ਹੈ। ਪੰਜਾਬ 'ਚ ਕਰੀਬ 4 ਸਾਲਾਂ ਬਾਅਦ ਪਹਿਲੀ ਵਾਰੀ ਕੱਲ ਪਾਖੜਾ ਡੈਮ ਦੇ ਚਾਰੇ ਫਲੱਡ ਗੇਟ ਖੋਲਣੇ ਪਏ। ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਫੈਸਲੇ ਤੋਂ ਬਾਅਦ ਪੰਜਾਬ ਸਰਕਾਰ ਨੇ ਸਿਰਫ 8000 ਕਿਊਸਿਕ ਪਾਣੀ ਛੱਡਣ ਲਈ ਕਿਹਾ ਹੈ। ਸ਼ਿਮਲਾ ਤੋਂ ਹੇਠਲੇਪਾਸੇ ਦੇ ਦੋ ਦਿਨਾਂ ਦੇ ਅੰਦਰ ਕਰੀਬ 100 ਐਮ ਐਮ ਮੀ ਪਿਆ ਤੇ ਉਸ ਮੀ ਦਾ ਪੂਰਾ ਪੂਰਾ ਅਸਰ ਪੰਜਾਬ ਦੇ ਵਿੱਚ ਦਿਖਾਈ ਦੇ ਰਿਹਾ ਹੈ ਪੰਜਾਬ ਚ ਕਿਤੇ ਬਹੁਤਾ ਮੀ ਤਾਂ ਨਹੀਂ ਪਿਆ ਪਰ ਡੈਮਾਜ ਪਾਣੀ ਪਾਣੀ ਭਰਨ ਕਰਕੇ ਸੂਬੇ ਤੇ ਮੁੜ ਤੋਂ ਹੜ੍ਹਾਂ ਦਾ ਖਤਰਾ ਮੰਡਰਾਉਣ ਲੱਗਿਆ ਕਿਉਂਕਿ ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਪੰਜਾਬ ਤਾਂ ਸੁੱਕਾ ਪਿਆ ਹੈ ਭਾਵੇਂ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਸੀ ਪਰ ਬਹੁਤ ਜ਼ਿਆਦਾ ਮੀਂਹ ਕਿਤੇ ਨਹੀਂ ਪਿਆ ਹਾਲਾਂਕਿ ਕੱਲ ਪੰਜਾਬ ਦੇ ਤਕਰੀਬਨ ਸਾਰੇ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਥਾਵਾਂ ਤੇ ਮੀਂਹ ਜ਼ਰੂਰ ਪਿਆ ਹੈ ਪਰ ਇੰਨਾ ਜ਼ਬਰਦਸਤ ਮੀਂਹ ਨਹੀਂ ਪਿਆ ਕਿ ਪੰਜਾਬ 'ਚ ਹੜ੍ਹ ਹੀ ਆ ਜਾਵੇ। ਤੇ ਪਿਛਲੀ ਵਾਰੀ ਵੀ ਇਸ ਤਰ੍ਹਾਂ ਹੀ ਹੋਇਆ ਸੀ ਪਹਾੜਾਂ ਦੇ ਵਿੱਚ ਜ਼ੋਰਦਾਰ ਮੀਂਹ ਪਿਆ ਉਧਰੋਂ ਪੰਜਾਬ ਦੇ ਵਿੱਚ ਵੀ ਜ਼ੋਰਦਾਰ ਮੀਂਹ ਪਿਆ ਪਹਾੜਾਂ 'ਚ ਮੀਂਹ ਪੈਣ ਕਾਰਨ ਪੰਜਾਬ ਦੇ ਪਾਣੀ ਦੇ ਵੱਡੇ ਸਰੋਤਾਂ ਦਾ ਪੱਧਰ ਵੱਧ ਗਿਆ ਡੈਮਾਂ ਦਾ ਪੱਧਰ ਵਧਿਆ ਦਰਿਆਵਾਂ ਦੇ ਵਿੱਚ ਪਾਣੀ ਉੱਛਲਣ ਲੱਗਿਆ ਤੇ ਉਹੀ ਹੜ ਦਾ ਕਾਰਨ ਬਣਿਆ ਕਿਉਂਕਿ ਨਿਕਾਸੀ ਦਾ ਸਹੀ ਪ੍ਰਬੰਧ ਕਿਤੇ ਵੀ ਨਹੀਂ ਸੀ ਕੱਲ ਦੁਪਹਿਰ ਤੱਕ ਭਾਖੜਾ ਡੈਮ ਦੇ ਪਾਣੀ ਦਾ ਪੱਧਰ 1673 ਫੁੱਟ ਪਹੁੰਚ ਗਿਆ ਜੋ ਖਤਰੇ ਦੇ ਨਿਸ਼ਾਨ ਤੋਂ ਸਿਰਫ 7 ਫੁੱਟ ਹੀ ਹੇਠ ਹੈ ਤੇ ਜੇ 4 ਸਾਲਾਂ ਦੇ ਵਿੱਚ ਪਹਿਲੀ ਵਾਰੀ ਭਾਖੜਾ ਡੈਮ ਦੇ ਫਲੱਡ ਗੇਟ ਖੋਲਣੇ ਪਏ ਨੇ ਜੋ ਕਿ ਜਦੋਂ ਪਿਛਲੀ ਵਾਰੀ ਆ ਹੁਣ ਥੋੜੇ ਦਿਨ ਪਹਿਲਾਂ ਜੁਲਾਈ ਦੇ ਵਿੱਚ ਪੰਜਾਬ 'ਚ ਹੜ੍ਹ ਆਇਆ ਸੀ ਉਦੋਂ ਵੀ ਨਹੀਂ ਖੋਲਣੇ ਪਏ ਸੀ ਪਰ ਕੱਲ ਇਹ ਗੇਟ ਵੀ ਖੋਲਣੇ ਪਏ ਨੇ ਤਾਂ ਸੋਚ ਸਕਦੇ ਹਾਂ ਕਿ ਖਤਰਾ ਕਿਸ ਹੱਦ ਤੱਕ ਮੰਡਰਾ ਰਿਹਾ ਹੈ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਾਰੀ ਸਥਿਤੀ ਤੇ ਮੇਰੀ ਆਪਣੀ ਨਜ਼ਰ ਹੈ ਜਲ ਸਰੋਤ ਵਿਭਾਗ ਵੱਲੋਂ ਕਹਿੰਦੇ ਡੈਮਾਂ ਦੀ ਸਥਿਤੀ ਤੁਜਾ ਨੂੰ ਕਰਵਾਇਆ ਜਾ ਰਿਹਾ ਹੈ ਮੁੱਖ ਮੰਤਰੀ ਨੇ ਪੰਜਾਬੀਆਂ ਨੂੰ ਸੁਨੇਹਾ ਪਹੁੰਚਾਇਆ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਪੰਜਾਬ ਨੇ ਸਾਰੇ ਪ੍ਰਬੰਧ ਕਰ ਰੱਖੇ ਨੇ ਉਧਰ ਪੌਂਗ ਡੈਮ 'ਚ 17000 ਕਿਊਸਿਕ ਪਾਣੀ ਚੱਲ ਰਿਹਾ ਹੈ ਕੱਲ ਦੁਪਹਿਰ ਤੱਕ 235000 ਕਿਊਸਿਕ ਪਾਣੀ ਡੈਮ 'ਚ ਹੋਰ ਆ ਗਿਆ ਸੀ ਹਾਲਾਤ ਇਹੀ ਰਹੇ ਤਾਂ ਪੌਂਗ ਡੈਮ 'ਚੋਂ ਵੀ ਪਾਣੀ ਛੱਡਣਾ ਪੈ ਸਕਦਾ ਹੈ ਇਹ ਪਾਣੀ ਹਰੀਕੇ ਵੱਲ ਵਹਿਣ ਵਾਲੇ ਬਿਆਸ ਤੇ ਸਤਲੁਜ ਦਰਿਆ 'ਚ ਛੱਡਿਆ ਜਾਊਗਾ ਤੇ ਜੇ ਅਜਿਹਾ ਹੁੰਦਾ ਤਾਂ ਫਿਰੋਜ਼ਪੁਰ ਤੇ ਫਾਜ਼ਿਲਕਾ ਸਮੇਤ ਜਲੰਧਰ ਜ਼ਿਲ੍ਹਿਆਂ ਵਾਸਤੇ ਚੰਗੇ ਸੰਕੇਤ ਨਹੀਂ ਹਨ ਰਣਜੀਤ ਸਾਗ ਡੈਮ ਦੇ ਵਿੱਚ ਵੀ ਪਾਣੀ ਦਾ ਪੱਧਰ 522.23 ਫੁੱਟ ਤੇ ਪਹੁੰਚ ਗਿਆ ਹੈ ਹਾਲਕਿ ਅਗਸਤ ਮਹੀਨੇ ਦੇ ਵਿੱਚ ਮੌਸਮ ਵਿਭਾਗ ਦੇ ਮੁਤਾਬਿਕ ਪੰਜਾਬ ਦੇ ਵਿੱਚ ਘੱਟ ਮੀਂਹ ਦਰਜ ਕੀਤਾ ਗਿਆ ਹੈ ਮੌਸਮ ਵਿਭਾਗ ਨੇ ਅੱਜ ਵੀ ਪੰਜਾਬ ਦੇ ਤਕਰੀਬਨ ਸਾਰੇ ਜ਼ਿਲ੍ਹਿਆਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ ਮੌਸਮ ਵਿਭਾਗ ਮੁਤਾਬਿਕ ਉੱਤਰੀ ਭਾਰਤ ਵਿੱਚ ਅਗਸਤ ਮਹੀਨੇ 'ਚ ਮੌਨਸੂਨ ਕਮਜ਼ੋਰ ਹੋਈ ਹੈ ਪੰਜਾਬ ਹਰਿਆਣਾ ਦੇ ਹਿਮਾਚਲ ਵਿੱਚ ਮਹੀਨੇ ਦੇ ਪਹਿਲੇ 2 ਹਫ਼ਤਿਆਂ 'ਚ ਮੀਂਹ ਆਮ ਨਾਲੋਂ ਘੱਟ ਪਿਆ ਹੈ